ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਨਗਾਰਾ ਟੀਵੀ ਕੈਨੇਡਾ ਅਤੇ ਮੈਂ ਹਾਂ ਕਸ਼ਮੀਰ ਸਿੰਘ ਗਿੱਲ। 27 ਦਸੰਬਰ ਜੋ ਕਿ ਪੂਰੇ ਭਾਰਤ ਬੰਦ ਦਾ ਐਲਾਨ ਸੀ ਅਤੇ ਅੱਜ ਉਹ ਦਿਨ ਹੈ 27 ਦਸੰਬਰ ਅਤੇ ਤੁਸੀਂ ਦੇਖ ਸਕਦੇ ਹੋ ਕਿ ਬੰਦ ਦੀ ਜਿਹੜੀ ਕਾਲ ਸੀ ਉਹ ਲਗਭਗ ਸਾਰਿਆਂ ਵੱਲੋਂ ਮੰਨੀ ਜਾ ਰਹੀ ਹੈ। ਬੈਰੀਗੇਟਿੰਗ ਕੀਤੀ ਗਈ ਹੈ, ਰਸਤਿਆਂ ਨੂੰ ਸੀਲ ਕੀਤਾ ਗਿਆ ਹੈ, ਰੱਸੀਆਂ ਬੰਨ੍ਹ ਕੇ ਕੀਤਾ ਗਿਆ ਸੀਲ, ਬੈਰੀਗੇਟਿੰਗ ਕੀਤੀ ਗਈ ਹੈ, ਜਗ੍ਹਾ ਜਗ੍ਹਾ 'ਤੇ ਪੁਲਿਸ ਲਾਈ ਗਈ ਆ। ਪਿੱਛੇ ਤੁਸੀਂ ਦੇਖ ਸਕਦੇ ਹੋ ਜਿੱਥੇ ਧਰਨਾ ਲਗਾਇਆ ਗਿਆ ਅਤੇ ਅਸੀਂ ਨਗਾਰਾ ਟੀਵੀ ਕੈਨੇਡਾ ਦੇਖ ਰਹੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਮੌਜੂਦ ਹਾਂ ਮੁੱਦਲ ਬਾਈਪਾਸ 'ਤੇ, ਜੋ ਕਿ ਨੈਸ਼ਨਲ ਹਾਈਵੇ ਅੰਮ੍ਰਿਤਸਰ ਟੂ ਪਠਾਨਕੋਟ 'ਤੇ ਮੌਜੂਦ ਆ। ਅਤੇ ਤੁਸੀਂ ਦੇਖ ਸਕਦੇ ਹੋ ਕਿ ਨੋਰਮਲ ਜਿਹੜੀ ਆ ਉਹ ਆਵਾਜਾਈ ਚੱਲ ਰਹੀ ਹੈ, ਲੇਕਿਨ ਸੜਕਾਂ ਜਿਹੜੀਆਂ ਵਾ ਉਹ ਲਗਭਗ ਸੁਨਸਾਨ ਨੇ। ਅਤੇ ਅਸੀਂ ਤੁਹਾਨੂੰ ਉੱਥੇ ਕਿਸਾਨ ਵੀਰਾਂ ਨਾਲ ਵੀ ਮਨਾਉਂਦੇ ਹਾਂ ਚੱਲ ਕੇ, ਜੋ ਕਿ ਇਸ ਟਾਈਮ ਧਰਨਾ ਲਾ ਕੇ ਬੈਠੇ ਨੇ ਮੁੱਦਲ ਬਾਈਪਾਸ ਦੇ ਉੱਪਰ। ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਕਿਸਾਨ ਵੀਰਾਂ ਦੇ ਕੋਲ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, 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 ਮੋਦੀ ਸਰਕਾਰ ਮੁਰਦਾਬਾਦ, 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 ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ, ਕਿਸਾਨ ਲਹਿਰ ਦੇ ਸ਼ਹੀਦ ਅਮਰ ਰਹਿਣ, ਅਮਰ ਰਹਿਣ, ਅਮਰ ਰਹਿਣ, ਕਿਸਾਨ ਲਹਿਰ ਦੇ ਸ਼ਹੀਦ ਅਮਰ ਰਹਿਣ, ਅਮਰ ਰਹਿਣ, ਅਮਰ ਰਹਿਣ। ਸਾਡੇ ਨਾਲ ਇੱਥੇ ਹੋਰ ਵੀ ਵੀਰ ਜਿਹੜੇ ਧਰਨੇ 'ਤੇ ਨੇ ਉਹ ਮੌਜੂਦ ਨੇ, ਆਓ ਉਹਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਬਲਦੇਵ ਸਿੰਘ ਸਰਕਾਰੀਆ, ਮੈਂ ਸੀਨੀਅਰ ਸਿਟੀਜ਼ਨ ਹਾਂ, ਸੋ ਮੂਦਲ ਪਿੰਡ ਨੂੰ ਬਿਲੋਂਗ ਕਰਦਾ ਹਾਂ। ਸਾਡੀ ਕੋਸ਼ਿਸ਼ ਆ ਕਿ ਜੋ ਦਿੱਲੀ ਸੰਯੁਕਤ ਕਿਸਾਨ ਕਿਰਤੀ ਮੋਰਚਾ ਚੱਲ ਰਿਹਾ ਹੈ ਉਹਨਾਂ ਵੱਲੋਂ ਦਿੱਤੀ ਗਈ ਕਾਲ ਦੇ ਉੱਤੇ ਪਹਿਰਾ ਦੇਈਏ। ਇਸ ਸੰਬੰਧ ਦੇ ਵਿੱਚ ਅੱਜ ਮੂਦਲ ਪਿੰਡ ਦੇ ਸੂਝਵਾਨ ਲੋਕਾਂ ਨੇ ਇਸ ਦੇ ਨਾਲ ਲੱਗਦੇ ਪਿੰਡ ਸੋਈਆਂ ਜਹਾਂਗੀਰ ਤੋਂ ਸਪੈਸ਼ਲੀ ਜਿਹੜੇ ਸੂਝਵਾਨ ਰੱਖਦੇ ਆ ਸਰਪੰਚ ਸਾਹਿਬ ਔਰ ਮੈਂਬਰ ਸਾਹਿਬਾਨ ਵੀ ਔਰ ਡਾਇਰੈਕਟਰ ਸਾਹਿਬਾਨ ਵੀ ਇਸ ਵਿੱਚ ਸ਼ਾਮਿਲ ਹੋਏ ਆ। ਅੱਜ ਇਹਨਾਂ ਨੇ ਇਹ ਤਹੀਆ ਕੀਤਾ ਹੋਇਆ ਕਿ ਅਸੀਂ ਸਵੇਰ ਤੋਂ ਲੈ ਕੇ ਦਿੱਤੀ ਗਈ ਕਾਲ 'ਤੇ ਸ਼ਾਮਾਂ ਤੱਕ ਪਹਿਰਾ ਦੇਵਾਂਗੇ। ਔਰ ਅਸੀਂ ਖਾਸ ਕਰਕੇ ਪੱਤਰਕਾਰਾਂ ਦਾ, ਇਹ ਟੀ ਵੀ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ, ਜਿਹੜੇ ਕਿ ਇਸ ਗਰਾਊਂਡ ਲੈਵਲ ਤੋਂ ਇਸ ਸੰਘਰਸ਼ ਵਾਲਿਆਂ ਦੀ ਆਵਾਜ਼ ਨੂੰ ਬੁਲੰਦ ਕਰਕੇ ਉੱਪਰ ਤੱਕ ਪਹੁੰਚਾਉਂਦੇ ਹੈ ਔਰ ਦੂਸਰੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਦੇ ਆ। ਸੋ ਇਹ ਮੂਦਲ ਪਿੰਡ ਇੱਕ ਬੜਾ ਅਹਿਮੀਅਤ ਰੱਖਦਾ, ਜਿੱਥੇ ਬਹੁਤ ਸਾਰੇ ਇੰਸਟੀਟਿਊਸ਼ਨ ਹੈ। ਇਸ ਪਿੰਡ ਦੇ ਲੋਕ ਬੜੇ ਜੁਝਾਰੂ ਲੋਕ ਹੈ, ਇਸ ਇਲਾਕੇ ਦੇ ਲੋਕਾਂ ਦਾ ਬੜਾ ਸਹਿਯੋਗ ਹੈ, ਕਾਰ ਸੇਵਾ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਹੈ, ਬਾਬੇ ਵੱਖ ਵੱਖ ਥਾਵਾਂ 'ਤੇ ਸੇਵਾ ਕਰਾਉਂਦੇ ਹੈ। ਇਸ ਪਿੰਡ ਦੇ ਵੀ ਲੋਕ ਵਿਕਾਸ ਕੰਮਾਂ ਵੱਲ ਵੀ ਧਿਆਨ ਦਿੰਦੇ ਹੈ ਔਰ ਜਿਹੜਾ ਵੀ ਲੀਡਰ ਆਉਂਦਾ ਹੈ ਜੇ ਕੋਈ ਕੰਮ ਕਰਨ ਵਾਲਾ ਹੁੰਦਾ ਉਹਦਾ ਪੂਰਾ ਸਹਿਯੋਗ ਦਿੰਦੇ ਆ। ਪਰ ਇਹ ਜੋ 3 ਕਾਨੂੰਨ ਆ, ਕਾਲੇ ਕਾਨੂੰਨ ਆ, ਇਹਨਾਂ ਨੂੰ ਰੱਦ ਕਰਾਉਣ ਲਈ ਵੀ ਇਹ ਤਤਪਰ ਆ। ਇਹ ਕਾਲੇ ਕਾਨੂੰਨ ਜੋ ਕਿ ਕਿਸਾਨਾਂ ਨੂੰ ਬੇਦਖਲ ਕਰ ਰਹੇ ਆ, ਇਸ ਦੇ ਨਾਲ ਜੁੜੇ ਹੋਏ ਵਪਾਰਕ ਅਦਾਰੇ, ਇਸ ਦੇ ਨਾਲ ਜੁੜੇ ਹੋਏ ਮਜ਼ਦੂਰ ਔਰ ਇਸ ਮਾਡਲ ਨੂੰ, ਖੇਤੀ ਦੇ ਮਾਡਲ ਨੂੰ ਢਾਹ ਲਾ ਰਹੇ ਹਨ। ਸੋ ਸਮੁੱਚੇ ਤੌਰ 'ਤੇ ਸਾਰੇ ਅਸੀਂ ਲੋਕ ਇਸ ਦਾ ਵਿਰੋਧ ਕਰਦੇ ਹਾਂ। ਅਸੀਂ ਚਾਹੁੰਦੇ ਜਿੰਨੀ ਜਲਦੀ ਕੇਂਦਰ ਸਰਕਾਰ ਸਿਆਣੀ ਹੋਵੇ, ਇਹ ਮੋਦੀ ਪ੍ਰਧਾਨ ਮੰਤਰੀ ਸਿਆਣਾ ਹੋਵੇ, ਜੇ ਇਹ ਵਰਲਡ ਦੇ ਸਮੱਸਿਆਵਾਂ ਨੂੰ ਲੈ ਰਿਹਾ ਹੈ, ਅਫਗਾਨਿਸਤਾਨ ਦੀ ਸਮੱਸਿਆ ਨੂੰ ਉਭਾਰ ਰਿਹਾ ਹੈ, ਤਾਂ ਪੰਜਾਬ ਦੀ ਸਮੱਸਿਆ, ਇੰਡੀਆ ਦੀ ਸਮੱਸਿਆ ਜਿਹੜੀ ਕਿਸਾਨੀ ਦੀ ਆ, ਇਹਨੂੰ ਕਿਉਂ ਨਹੀਂ ਹੱਲ ਕਰ ਰਿਹਾ। ਨਗਾਰਾ ਟੀਵੀ ਕੈਨੇਡਾ ਦੇਖ ਰਹੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਇਸ ਵੇਲੇ ਮੌਜੂਦ ਹਾਂ ਮੁੱਦਲ ਬਾਈਪਾਸ ਦੇ ਉੱਪਰ, ਜਿੱਥੇ ਕਿ ਮੁੱਦਲ ਪਿੰਡ ਦੇ ਕਿਸਾਨ ਵੀਰਾਂ ਵੱਲੋਂ ਜਿਹੜਾ ਉਹ ਇੱਥੇ ਧਰਨਾ ਲਗਾਇਆ ਗਿਆ, ਜਿਹੜੀ ਅੱਜ 27 ਬੰਦ ਦੀ ਕਾਲ ਆ ਉਹਨੂੰ ਪੂਰਾ ਕਰਕੇ ਦਿਖਾਇਆ ਜਾ ਰਿਹਾ ਹੈ। ਅਤੇ ਇਸ ਵੇਲੇ ਸਾਡੇ ਨਾਲ ਪਿੰਡ ਤੋਂ ਹੀ ਕੋਈ ਕਿਸਾਨ ਵੀਰ ਮਜ਼ਦੂਰ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਵੀਰ ਜੀ ਆਪਣਾ ਨਾਮ ਦੱਸੋ। ਬਲਬੀਰ ਮੂਦਲ, ਮੈਂ
कुल हिंद किसान यूनियन का मतलब जिले का मतलब उम्मीद प्रधान है। ठीक है, असी संयुक्त किसान मोर्चे की कॉल के उत्ते जी सारिया जथेबंदियां ने सांझे तौर पर दी अज भारत बंद के संबंध में असी इतने अज बंद के स्थान पर बैठे हैं अपने मतलब नगर के बाहर मेन रोड के उत्ते बाईपास के उत्ते ते असी उस कॉल के उत्ते पहरा दे रहे हैं। जिहड़ी किसान जिहड़े आगू ने उन्हां वल्लों अज जिहड़ा बंद का ऐलान किया गया सीगा, लगभग देख रहे हैं कि वह बंद नूं सारे लोगों वल्लों स्वीकार किया गया, दुकाना भी बंद ने, लगभग आवाजाही बंद आ, कि जिहड़ियां एमरजेंसी सेवावां तुसीं उन्हां नूं किसी नूं लंघन दे रहे हो? हाँ, असीं किसी भी एमरजेंसी सेवावां नूं नहीं रोक रहे, कोई चाहे कोई बरात आ, जो सानू प्रू मोर्चे दीआं हदायतां वा उहदे मुताबिक असीं सारा कुछ चालू रख्या। असी मान लो कोई पेशेंट आ, कोई बहुत एमरजेंसी आ, उन्होंने जान दे रहे हैं, बाकी मान लो उस तरह असी लोगों के समर्थन नाल ही जिहड़ा बंद कर रहे हैं, असी ये नहीं कि किसी नूं जबरदस्ती नहीं मान लो कर रहे किसी नाल भी। ठीक है, बाकी है कि इस बंद के नाल बहुत सारे लोगों की हमायत आ, कोई यहो जी गल नहीं गी। ठीक है कि अज्ज वख-वख थावां ते बंद आ ते इत्थे गिनती भावें घट आ, पर फिर भी असी मान लो संयुक्त मोर्चे की कॉल के उत्ते पहरा दे रहे हैं, जो कुछ अपना मान लो प्रभाव बनाउण वास्ते, असी संयुक्त मोर्चे की ताकत नूं वधाउण वास्ते, जिहड़ा उत्थे साडा 700 तों वध किसान शहीद हो गया 700 दे लगभग, उन्हां शहादतां नूं सलाम करन लई और किसान मोर्चे की कॉल दे शमूलीयत करन लई अज असी इत्थे इकट्ठे होए हां, और सारे नगर वल्लों लागे बन्ने सोईआं तों भी आए ने साडे वीर किसान मजदूर सारे मतलब वर्गां नाल सांझे तौर दे उत्ते, जिहड़ा कल्ले किसानां नालों नहीं मजदूर भी शामिल ने, विच किसान भी शामिल ने, दुकानदार भी शामिल ने, असी सारे वालों सांझे तौर दे उत्ते इत्थे जिहड़ा ये जिहड़ा धरना लाया वा और संयुक्त मोर्चे दे कॉल दे उत्ते पहरा दे रहे हैं। मैं हरचरण सिंह मद्दीपुर, जिला जनरल सकत्तर अमृतसर। ये जिहड़ा अज दा रोस है, जिहड़ा अज दा भारत बंद दा सद्दा संयुक्त मोर्चे वल्लों दित्ता गया है, ये खेती बारे जिहड़े तीन कानून आ उन्हां दे वास्ते माफ कराउण लई इन्हां दे रद्द कराउण लई दित्ता गया। संयुक्त मोर्चे वल्लों ये जिहड़ी कॉल है पूरे इंडिया दे विच, पूरे इंडिया च अज दे पंजाब दे विच 600 जगह ते असी रोड ब्लॉक कीते होए आ, पंजाब सिखर आउण लई पंजाब दे विच। इन्ने लंबे समय तो यह संघर्ष चल रहा है, लेकिन सरकार अजे तक जिहड़ी उह अपनी ईन ते अड़ी होई आ, किसानां दी गल क्यों नहीं मन्नण नूं तैयार? वेखो, सरकार जिहड़ी आ ओह मैं पहलां इत्थे स्टेज ते भी अनाउंस कीता है कि जिहड़ा अरबां रुपए का हीरोइन समुंदर दे उत्ते फड़ी गई है गुजरात दे बंदरगाह दे उत्ते, वो मोदी ने मंगाई है, वो कादे वास्ते मंगाई आ कि जिहड़ा अडानिया का अंबानिया का पैसा उन्हें खा चुका है उन्हें पूरा करने वास्ते उन्हें देनी है, उन्हें उन्हां दी नहीं है वो मोदी ने खुद मंगाई हुई आ, ते नाल साडे पंजाब दे बच्चियां नूं मारन वास्ते वो तां मंगाई है। मैं करमजीत सिंह नंगले जी, ब्लाक प्रधान अटारी भारतीय किसान यूनियन एकता ग्राह जी। जिहड़ा अज भारत बंद की कॉल सीगी, इहदा तुहानूं किन्ना कु हुंगारा मिलिया? तुसीं आप वेख लो, असीं जदों ये ब्लाक अटारी जदों शुरू होया सी, असीं पिछले साल 25 सितंबर नूं इत्थे ही धरना मारिया सी, तो इतने सिर्फ साड़ी गिनती 35 तो 40 सी, पर कुछ लोग सानू सवाल करते भी दिल्ली जाके तुहानू की फायदा आ, दिल्ली जाके सानू आ फायदा आ भी जिड्डी वड्डी लामबंदी तुसीं अज वेख रहे जे, हुण ते टाइम 4 दा हो चलिया, कुछ लोग घरां दे कम्मां नू पठियां वास्ते घरां नू चल गए, नहीं तो दुपहरे 1 बजे इत्थे मोढ़े नाल मोढ़ा खह गया सी। असीं भी तड़के तो ही घूम रहे हाँ, जगह जगह तो जिहड़ी कवरेज करदे हुण तुहाडे कोल पहुँचे हाँ, हर जगह ते असीं देख रहे हाँ किसान वीरां दे नाल नाल बीबियां मातावां बच्चे भी साथ दे रहे ने, तुसीं इह जिहड़ी सब कुछ देख के तुहाडे दिल नूं किन्नी कु संतुष्टी हो रही है? वेखो जी, बड़ी वड्डी संतुष्टी हुंदी आ भी एक काल दे उत्ते लोकां दा इकट्ठा हो जाणा। इत्थे साडे रोड ते बाबा दीप सिंह एसोसीएशन एक जिहड़ी बणी आ दुकानदार वीरां दी, उन्हां कल साडे नाल मीटिंग करके आप इह गल आखी भी कोई भी दुकानदार वीर दुकान नहीं खोलूगा, बैंकां वालिआं ने आप आख्या भी कोई बैंक नहीं खोलणा, स्कूलां वालिआं ने आप मीटिंगां करके आख्या भी स्कूल नहीं खोले जाणगे। एक बड़ा वड्डा हलारा वा जिहड़ा भी एक लोकां दा इकजुट हो के ते भारत बंद दे सद्दे नूं सफल बनाउणा, इस करके असीं इह मंनदे आ भी जिस तरह इत्थे भी वड्डी गिनती च बीबियां भैणां आईआं वा, इहदे नाल लोकां दे साडे चुल्ल्यां तक गल गई आ, ते फिर इह जिहड़ी गल वा हुण सारिआं दे सामणे आ। जिहड़े खेती मंत्री नरेंद्र तोमर जी उहनां वल्लों इह लगभग 2 दिन तों चर्चा छिड़ी हुई है कि किसान अपने जिहड़े बंद दे अंदोलन नूं छड्ड के
तो साढ़े नाल गल करन लई हुण असी जिहड़े ओह कानूनाना विच उहनां दे कहे अनुसार सोध करन नूं तैयार हाँ। ਕਿਹੜੀ ਗੱਲ ਉਹਨਾਂ ਦੇ ਨਾਲ ਆਪਾਂ ਕਰੀਏ ਕਿਉਂਕਿ ਅਸੀਂ ਪਿਛਲੇ 10 ਮਹੀਨਿਆਂ ਤੋਂ ਪਲੱਸ ਹੋ ਚੱਲਿਆ ਦਿੱਲੀ ਬੈਠਿਆਂ ਨੂੰ ਉਹਨਾਂ ਨੂੰ ਸੁਣ ਨਹੀਂ ਰਿਹਾ ਕਦੀ ਉਹ ਕਹਿੰਦੇ ਆ ਵੀ ਇੱਕ ਫੋਨ ਕਾਲ ਤੋਂ ਦੂਰ ਉਹ ਬੈਠੇ ਆ ਕਦੀ ਉਹ ਕਹਿੰਦੇ ਆ ਵੀ ਇਹ ਨਸਲਵਾੜੀ ਹੈ ਕਦੀ ਉਹ ਸਾਨੂੰ ਖਾਲਿਸਤਾਨੀ ਹੈ ਕਦੀ ਉਹ ਕਹਿ ਦਿੰਦੇ ਆ ਕਾਂਗਰਸ ਦੇ ਗੁੰਮਰਾਹ ਕੀਤੇ ਜਿੱਦਣ ਆਹ ਦਬਾਅ ਪੈਂਦਾ ਵਾ ਜਿੱਦਣ ਲੋਕਾਂ ਦੇ ਇਕੱਠ ਬਣਦੇ ਆ ਉਦਣ ਇੱਕ ਫਿਰ ਮੂੰਹ ਢਿੱਲਾਇਆ ਕਰਕੇ ਕਹਿ ਦਿੰਦੇ ਵੀ ਸਾਡੇ ਨਾਲ ਗੱਲ ਕਰੋ ਉਹਨਾਂ ਦਾ ਸਾਡੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਕਿਉਂਕਿ ਜਦੋਂ ਸਾਡੇ ਨਾਲ ਗੱਲ ਕਰਨ ਆਉਣੀ ਆ ਅੰਬਾਨੀਆਂ ਡਾਨੀਆਂ ਦੇ ਜਹਾਜ਼ ਲਿਆਉਣੇ ਪੈਣੇ ਜਿਹੜੇ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ ਆ ਜਿਨ੍ਹਾਂ ਨੇ ਧੌਮ 'ਤੇ ਗੋਡਾ ਰੱਖ ਕੇ ਕਾਨੂੰਨ ਪਾਸ ਕਰਾਏ ਆ ਉਹ ਕਿਸ ਤਰ੍ਹਾਂ ਸਾਡੇ ਨਾਲ ਉਹਨਾਂ ਨੂੰ ਗੱਲ ਕਰਨ ਦੇਣਗੇ ਉਹਨਾਂ ਦੀ ਮੈਜ ਇੱਕ ਡਰਾਮਾ ਵਾ ਇੱਕ ਗੱਲ ਵਾ ਜੇ ਨਾ ਕਰਨੀ ਹੋਵੇ ਤਾਂ ਦਿੱਲੀ ਸਾਡੇ ਨਾਲ ਕੋਈ ਬਹੁਤੀ ਦੂਰ ਨਹੀਂ ਆ ਉੱਥੇ ਬਹਿ ਕੇ ਸਾਡੇ ਲੀਡਰਸ਼ਿਪ ਨਾਲ ਗੱਲ ਕਰ ਸਕਦੇ ਆ ਜਿਹੜੀ ਅੱਜ 27 ਬੰਦ ਦੀ ਪੋਲਸੀ ਕਿਸਾਨ ਮਜ਼ਦੂਰਾਂ ਵੱਲੋਂ ਹਰ ਜਗ੍ਹਾ 'ਤੇ ਧਰਨੇ ਲਗਾਏ ਗਏ ਆ ਜਿੱਥੇ ਤੁਹਾਡੀ ਡਿਊਟੀ ਰਹੀ ਆ ਕੀ ਤੁਹਾਨੂੰ ਲੱਗਦਾ ਕਿ ਉਹ ਸ਼ਾਂਤੀਪੂਰਵਕ ਰਿਹਾ ਬਿਲਕੁਲ ਜੀ ਕਿਸਾਨਾਂ ਨੇ ਪੂਰੇ ਸ਼ਾਂਤੀਪੂਰਵਕ 6 ਤੋਂ 4 ਵਜੇ ਤੱਕ ਜਿਹੜੀ ਕਾਲ ਦਿੱਤੀ ਸੀ ਸੰਯੁਕਤ ਕਿਸਾਨ ਮੋਰਚੇ ਦੀ ਪੂਰੀ ਸ਼ਾਂਤੀਪੂਰਵਕ ਜਿਹੜੀ ਆ ਸਮਾਪਤ ਹੋਈ ਆ ਕਿ ਸਵੇਰੇ 6 ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਟਾਈਮ ਸੀ 4 ਵੱਜ ਚੁੱਕੇ ਨੇ ਔਰ ਕਿਸਾਨਾਂ ਨੇ ਆਪਣੇ ਧਰਨੇ ਤੋਂ ਉੱਠਣਾ ਸ਼ੁਰੂ ਕਰ ਦਿੱਤਾ ਹੈ ਕੁਛ ਹੀ ਮਿੰਟਾਂ ਦੇ ਵਿੱਚ ਧਰਨਾ ਜਿਹੜਾ ਖਤਮ ਹੋ ਜਾਏਗਾ ਅਤੇ ਰਾਹਗੀਰਾਂ ਲਈ ਜਿਹੜਾ ਰਸਤਾ ਉਹਨੂੰ ਸਾਫ਼ ਕਰ ਦਿੱਤਾ ਜਾਏਗਾ ਤੁਸੀਂ ਦੇਖ ਰਹੇ ਹੋ ਲਗਾਤਾਰ ਨਗਾਰਾ ਟੀਵੀ ਕੈਨੇਡਾ ਕਸ਼ਮੀਰ ਸਿੰਘ ਗਿੱਲ ਅਤੇ ਮਨਜੀਤ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ